ਤੇ ਇੱਥੋਂ ਆਪਣਾ ਜਿਹੜਾ ਨੈਕਸਟ ਹੋਊਗਾ ਉਹ ਹੋਊਗਾ ਸ਼ਿਵਗਿਰੀ ਜੀ ਮਹਾਰਾਜ ਤੇ ਹੁਣ ਆਪਾਂ ਉੱਥੇ ਚੱਲਾਂਗੇ ਤੇ ਬਾਕੀ ਹਜੇ ਆਪਾਂ ਉੱਥੇ ਅੱਜ ਤੱਕ ਗਏ ਨਹੀਂ ਸੀ ਪਿਛਲੇ ਵਲੌਗ ਤੁਹਾਨੂੰ ਵਿੱਕੀ ਸਾਈਂ ਜੀ ਦੇ ਦਰਸ਼ਨ ਕਰਵਾਏ ਸੀਗੇ ਤੇ ਲਾਡੀ ਸਾਈਂ ਜੀ ਦੇ ਦਰਬਾਰ ਦੇ ਦਰਸ਼ਨ ਕਰਵਾਏ ਸੀ ਤੇ ਇਸ ਵਾਰ ਆਪਾਂ ਨਵੀਂ ਲੋਕੇਸ਼ਨ ਹੈਗੀ ਜਿਹੜੀ ਉੱਥੇ ਜਾਣਾ ਗਾ ਤੇ ਉੱਥੇ ਦਾ ਆਪਾਂ ਨੂੰ ਹਜੇ ਪਤਾ ਨਹੀਂ ਹੈਗਾ ਤੇ ਬਾਕੀ ਹਜੇ ਦੇਖਣਾ ਗਾ ਬਾਕੀ ਵਿੱਕੀ ਸਾਈਂ ਜੀ ਵਾਲਾ ਤੁਹਾਨੂੰ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਉਹਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਸੇਜ ਕਰ ਦਿਆ ਕਰੋ ਠੀਕ ਹੈ ਜੀ ਤੇ ਬਾਕੀ ਮਿਲਦੇ ਹਾਂਗੇ ਨੈਕਸਟ ਲੋਕੇਸ਼ਨ ਦੇ ਉੱਤੇ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਹਾਂਜੀ ਵੈਲਕਮ ਬੈਕ ਔਨ ਅਵਰ ਯੂਟਿਊਬ ਚੈਨਲ ਫਤਿਹ ਵਲੌਗ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਪਾਂ ਸ਼ਿਵ ਜੀ ਮਹਾਰਾਜ ਜੀ ਦੇ ਦਰਬਾਰ ਤੇ ਆ ਸਕਦੇ ਹਾਂ ਜੀ ਦਰਬਾਰ ਕਹੂੰਗੀ ਵੀ ਕਿ ਹਾਸੇ ਵਾਲੀ ਗੱਲ ਆ ਜੀ ਇਹ ਤੁਹਾਨੂੰ ਪਤਾ ਕਿ ਮੈਂ ਪਹਿਲਾਂ ਤਾਂ ਵੀਡੀਓ 'ਚ ਦੀ ਕਲਿੱਪ ਬਣਾਈ ਆ ਵੀ ਤੁਹਾਨੂੰ ਵਿੱਚ ਐਡ ਕਰ ਦਾਂਗੇ ਉਹਦੇ ਵਿੱਚ ਇਹ ਆ ਕਿ ਇਹ ਜਿਹੜੀ ਇੱਥੇ ਹੈਗੀ ਦੇ ਸਾਂ ਜਿਹੜਾ ਹੁੰਦਾ ਸਥਾਨ ਹੈ ਨਾ ਇੱਥੇ ਹੈਗੀ ਅਤੇ ਮਤਲਬ ਇੱਥੇ ਮੜੀਆਂ ਬਣੀਆਂ ਹੋਈਆਂ ਨੇਗੀਆਂ ਕਹਾਂਗੇ ਕਬਰਾਂ ਬਣੀਆਂ ਹੋਈਆਂ ਨੇਗੀਆਂ ਅਤੇ ਉੱਥੇ ਆ ਕੇ ਇਹਨਾਂ ਨੇ ਡੇਰਾ ਲਾਇਆ ਸੀਗਾ ਅਤੇ ਅੱਜ ਦਾ ਟਾਈਮ ਦੇ ਵਿੱਚ ਇੱਥੇ ਮੜੀਆਂ ਦੇ ਵਿੱਚ ਆ ਜਿਹੜਾ ਦਰਬਾਰ ਬਣਿਆ ਹੋਇਆ ਹੈਗਾ ਬਿਲਕੁਲ ਵਿੱਕੀ ਸਾਈਂ ਜੀ ਦੀ ਤਰ੍ਹਾਂ ਹੀ ਆ ਕਿ ਉਹਨਾਂ ਨੇ ਵੀ ਮੜੀਆਂ ਦੇ ਵਿੱਚ ਹੀ ਡੇਰਾ ਲਾਇਆ ਸੀ ਤੁਹਾਨੂੰ ਪਤਾ ਕਿ ਕਬਰਾਂ ਬਣੀਆਂ ਹੋਈਆਂ ਨੇ ਉੱਥੇ ਵੀ ਦਿਖਾਈਆਂ ਨੇ ਇੱਥੇ ਵੀ ਤੁਹਾਨੂੰ ਮੈਂ ਦਿਖਾਉਂਗੀ ਕਿ ਕਿਸ ਤਰ੍ਹਾਂ ਕਬਰਾਂ ਦੇ ਵਿੱਚ ਹੀ ਦਰਬਾਰ ਬਣਿਆ ਹੋਇਆ ਹੈਗਾ ਬਹੁਤ ਹੀ ਸੋਹਣਾ ਬਣਿਆ ਹੋਇਆ ਅਤੇ ਇਹ ਸ਼ਿਵਜੀ ਭਗਵਾਨ ਦੇ ਮਰੀਦ ਹੋਏ ਨੇ ਗੇ ਅੱਗੇ ਅਤੇ ਅੱਗੇ ਮੈਂ ਤੁਹਾਨੂੰ ਸਾਰਾ ਇਹਦੇ ਬਾਰੇ ਦੱਸਾਂਗੀ ਇਹਨਾਂ ਬਾਰੇ ਕਿ ਕਿਸ ਤਰ੍ਹਾਂ ਇਹ ਬਾਪੂ ਲਾਲ ਬਾਦਸ਼ਾਹ ਜੀ ਦੇ ਨਾਲ ਇਹਨਾਂ ਦੀ ਸਾਂਝ ਰਹੀ ਹੈ ਜੀ ਉਹ ਸਾਰਾ ਆਪਾਂ ਤੁਹਾਡੇ ਨਾਲ ਬਾਅਦ 'ਚ ਡਿਸਕਸ ਕਰਾਂਗੇ ਅਤੇ ਹੁਣ ਆਪਾਂ ਪਹਿਲਾਂ ਆਪਾਂ ਚੱਲ ਜਾਵਾਂਗੇ ਅੰਦਰ ਅਤੇ ਤਦ ਤੱਕ ਤੁਸੀਂ ਕਿਤੇ ਨਹੀਂ ਜਾਣਾ ਚੈਨਲ ਸਬਸਕ੍ਰਾਈਬ ਕਰਨਾ ਜਿਹੜੇ ਨਵੇਂ ਜੁੜੇ ਹੋਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਨੇ ਉਹ ਫਰੈਂਡਸ ਨਾਲ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀ ਆਪਣੇ ਮਤਲਬ ਕਿ ਅੱਗੇ ਅੱਗੇ ਜਾਣ ਪਹਿਚਾਣ ਦੇ ਹੈਗੇ ਨੇ ਕਿ ਇਹਨਾਂ ਨੂੰ ਮੰਨਦੇ ਨੇ ਜਾਂ ਇਹਨਾਂ ਨੂੰ ਜਾਣਦੇ ਨੇ ਫਕੀਰੀ ਦੇ ਰਾਹ ਨੂੰ ਸੋ ਪਲੀਜ਼ ਉਹਨਾਂ ਦੇ ਨਾਲ ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਦੱਸਿਓ ਵਲੌਗ ਇਸ ਤਰ੍ਹਾਂ ਦਾ ਰਿਹਾ ਲਾਈਕ ਦਾ ਬਟਨ ਦਬਾ ਦਿਓ ਅਤੇ ਹਾਂਜੀ ਇਹ ਨਕੋਦਰ ਸ਼ਹਿਰ ਤੋਂ ਨਾ ਮਤਲਬ 5 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਸ਼ੰਕਰ ਹੈਗਾ ਹੈ ਨਾ ਅਤੇ ਆਪਾਂ ਹੁਣ ਉੱਥੇ ਚੱਲਾਂਗੇ ਅਤੇ ਪਹੁੰਚ ਚੁੱਕੇ ਹਾਂਗੇ ਆਪਾਂ ਉੱਥੇ ਅਤੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹ ਸ਼ਿਵਗਿਰ ਮਹਾਰਾਜ ਜੀ ਸੀਗੇ ਇਹ ਇਹਨਾਂ ਨੇ ਮੜੀਆਂ ਦੇ ਵਿੱਚ ਡੇਰੇ ਲਾਏ ਸੀ ਤੁਸੀਂ ਦੇਖ ਰਹੇ ਹੋ ਕਿ ਇੱਥੇ ਸ਼ਮਸ਼ਾਨ ਘਾਟ ਬਣਿਆ ਹੋਇਆ ਹੈਗਾ ਨਾ ਮੜੀਆਂ ਨੇਗੀਆਂ ਸਟਾਰਟਿੰਗ ਦੇ ਵਿੱਚ ਅਸੀਂ ਥੋੜ੍ਹਾ ਹੋ ਗਏ ਸੀ ਦਹਿਲ ਗਏ ਸੀਗੇ ਕਿ ਕਿੱਥੇ ਆ ਗਏ ਹੈ ਨਾ ਪਰ ਫਿਰ ਅੰਦਰੋਂ ਜਾ ਕੇ ਥੋੜ੍ਹਾ ਜਿਹਾ ਜਦੋਂ ਫੀਲ ਮਤਲਬ ਅਲੱਗ ਆਉਂਦਾ ਇੱਕ ਦਰਬਾਰ ਵਾਲੀ ਫੀਲਿੰਗ ਆਉਂਦੀ ਹੈਗੀ ਕਿ ਸਾਰੇ ਕਿਤੇ ਗ੍ਰੀਨਰੀ ਗ੍ਰੀਨਰੀ ਕੀਤੀ ਹੋਈ ਅਤੇ ਅੱਗੇ ਲਿਖਿਆ ਵੀ ਹੋਇਆ ਦਰਬਾਰ 'ਤੇ ਹੈ ਨਾ ਅਤੇ ਜਿਹੜੇ ਸ਼ਿਵਗਿਰ ਸ਼ੰਕਰੀਆ ਮਹਾਰਾਜ ਜੀ ਹੋਏ ਨੇਗੇ ਅਤੇ ਇਹ ਨਾ ਮਤਲਬ ਬਹੁਤ ਪੜ੍ਹੇ ਲਿਖੇ ਸੀਗੇ ਬੁੱਧੀਮਾਨ ਬੰਦੇ ਜਿਵੇਂ ਆਪਾਂ ਕਹਿੰਦੇ ਪੜ੍ਹੇ ਲਿਖੇ ਬੰਦੇ ਨੂੰ ਸਾਰਾ ਪਤਾ ਹੁੰਦਾ ਹੈ ਨਾ ਕਿ ਕੀ ਚੀਜ਼ ਸਹੀ ਆ ਕੀ ਗਲਤ ਹੈਗੀ ਉਹਨੂੰ ਗਿਆਨ ਹੋ ਜਾਂਦਾ ਕਹਿਣ ਦਾ ਮਤਲਬ ਅਤੇ ਇਹਨਾਂ ਨੂੰ ਇੱਦਾਂ ਦਾ ਗਿਆਨ ਹੋਇਆ ਗਾ ਕਿ ਇਹ ਬੈਂਕ ਦੇ ਵਿੱਚ ਨੌਕਰੀ ਕਰਦੇ ਸੀਗੇ ਹੈ ਨਾ ਜਦੋਂ ਇੱਕ ਬੰਦਾ ਇਹ ਚੀਜ਼ਾਂ ਦੇ ਵਿੱਚ ਨੌਕਰੀ ਵਾਲੀ ਸਾਈਡ ਚਲਿਆ ਜਾਂਦਾ ਤਾਂ ਮੇਰਾ ਖਿਆਲ ਹੈ ਵੀ ਉਹ ਧਾਰਮਿਕ ਸਾਈਡ ਤੋਂ ਇਹ ਨਹੀਂ ਹੁੰਦਾ ਕਿ ਵਿਛੜ ਜਾਂਦਾ ਬਲਕਿ ਉਹਨੂੰ ਹੋਰ ਜ਼ਿਆਦਾ ਗਿਆਨ ਪ੍ਰਾਪਤ ਕਰਨ ਦਾ ਮੌਕਾ ਮਿਲ ਜਾਂਦਾ ਗਾ ਹੈ ਨਾ ਅਤੇ ਇਹਨਾਂ ਦਾ ਕੁਛ ਐਵੇਂ ਦਾ ਹੋਇਆ ਕਿ ਇਹਨਾਂ ਦੀ ਇੰਨਾ ਕੁ ਗਿਆਨ ਪ੍ਰਾਪਤ ਹੋਇਆ ਇੰਨਾ ਕੁ ਇਹਨਾਂ ਨੂੰ ਸਮਝ ਆ ਗਈ ਕਿ ਦੀਨ ਦੁਨੀਆ ਕੁਛ ਨਹੀਂ ਹੈਗੀ ਸਾਰਾ ਕੁਛ ਛੱਡ ਕੇ ਮਤਲਬ ਨੌਕਰੀ ਵਗੈਰਾ ਛੱਡ ਕੇ ਇਹ ਇੱਥੇ ਆ ਗਏ ਸੀ ਇੱਥੇ ਇਹਨਾਂ ਨੇ ਡੇਰੇ ਲਾ ਲਏ ਸੀ ਹਾਲਾਂਕਿ ਇਹਨਾਂ ਦਾ ਬਾਪੂ ਲਾਲ ਬਾਦਸ਼ਾਹ ਮਸਤ ਫਕੀਰ ਹੋਏ ਨੇ ਜਿਹੜੇ ਉਹਨਾਂ ਨਾਲ ਬਹੁਤ ਜ਼ਿਆਦਾ ਅਥਾਹ ਪ੍ਰੇਮ ਸੀਗਾ ਅਤੇ ਮਤਲਬ ਉਹ ਇੱਥੋਂ ਉੱਥੋਂ ਚੱਲ ਕੇ ਇੱਥੇ ਆਇਆ ਕਰਦੇ ਸੀ ਤੁਸੀਂ ਦੇਖ ਰਹੇ ਹੋ ਕਿ ਬਾਬਾ ਬਾਲਕ ਨਾਥ ਜੀ ਹੋ ਗਏ ਹੈ ਨਾ ਅਤੇ ਇਹਨਾਂ ਦੇ ਇਹ ਭਗਤ ਹੋਏ ਨੇਗੇ ਅਤੇ ਇੱਕ ਤਾਂ ਬਾਬਾ ਬਾਲਕ ਨਾਥ ਜੀ ਅਤੇ ਇੱਕ ਸ਼ਿਵਜੀ ਭਗਵਾਨ ਅਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਇਹ ਇਹਨਾਂ ਦੀ ਪੂਜਾ ਕਰਿਆ ਕਰਦੇ ਹੁੰਦੇ ਸੀ ਅਤੇ ਇੱਥੇ ਪ੍ਰੋਪਰ ਤੁਸੀਂ ਦੇਖ ਰਹੇ ਹੋ ਕਿ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਬਣੀ ਹੋਈ ਹੈ ਅਤੇ ਮਤਲਬ ਆਪਾਂ ਕਹਿ ਰਹੇ ਹਾਂ ਕਿ ਇਹਨਾਂ ਦੀ ਸ਼ਿਵਜੀ ਭਗਵਾਨ ਦੀ ਵੀ ਹੈ ਨਾ ਪੂਜਾ ਕਰਦੇ ਸੀਗੇ ਅਤੇ ਆਹ ਇਹਨਾਂ ਦੀ ਮੂਰਤੀ ਜਿਹੜੀ ਇੱਥੇ ਲੱਗੀ ਹੈਗੀ ਹੁਣ ਮਤਲਬ ਪਹਿਲਾਂ ਤੋਂ ਨਹੀਂ ਸੀ ਹੈਗੀ ਹੁਣ ਇਹ ਕੀਤੀ ਸਥਾਪਿਤ ਕੀਤੀ ਗਈ ਹੈਗੀ ਅਤੇ ਤੁਹਾਨੂੰ ਪਤਾ ਕਿ ਭੰਡਾਰਾ ਵੀ ਹਰ ਸਾਲ ਹੁੰਦਾ ਕਈ ਵਾਰ ਤਾਂ ਸਾਲ ਦੇ ਵਿੱਚ ਦੋ ਦੋ ਵੀ ਹੋ ਜਾਂਦੇ ਆ ਕਹਿੰਦੇ ਅਤੇ ਹੁਣ ਮੈਂ ਤੁਹਾਨੂੰ ਲੈ ਕੇ ਜਾਊਂਗੀ ਦਰਬਾਰ ਵੱਲ ਦਰਬਾਰ ਬਹੁਤ ਹੀ ਬੇਇੰਤਹਾ ਖੂਬਸੂਰਤ ਬਣਿਆ ਹੋਇਆ ਹੈਗਾ ਅਤੇ ਕਹਿੰਦੇ ਵੀ ਮਤਲਬ ਬਾਪੂ ਜੀ ਦੇ ਨਾਲ ਇੰਨਾ ਕੁ ਪਿਆਰ ਸੀਗਾ ਕਿ ਕਦੇ ਬਾਪੂ ਜੀ ਨੂੰ ਮਿਲਣ ਚਲੇ ਜਾਂਦੇ ਸੀਗੇ ਬਾਪੂ ਲਾਲ ਬਾਦਸ਼ਾਹ ਜੀ ਨੂੰ ਅਤੇ ਕਦੇ ਉਹ ਇਹਨਾਂ ਨੂੰ ਮਿਲਣ ਆ ਜਾਂਦੇ ਹੁੰਦੇ ਸੀਗੇ ਅਤੇ ਕੋਈ ਟਾਈਮ ਸੀ ਕਿ ਜਦੋਂ ਇਹ ਸ਼ਮਸ਼ਾਨ ਘਾਟ ਪ੍ਰੋਪਰ ਸ਼ਮਸ਼ਾਨ ਘਾਟ ਸੀਗਾ ਪ੍ਰੋਪਰ ਮੁਰਦ ਘਾਟ ਜਿਹੜੀ ਦੇ ਸਾਮ ਆਪਾਂ ਕਹਿ ਦਿੰਦੇ ਹਾਂ ਨਾ ਉਹ ਸੀ ਅਤੇ ਹੁਣ ਪਰ ਇੱਥੇ ਇੱਕ ਦਰਗਾਹ ਬਣ ਚੁੱਕੀ ਇੱਕ ਦਰਬਾਰ ਬਣ ਚੁੱਕਿਆ ਗਾ ਬਾਕਾਇਦਾ ਦਰਬਾਰ ਵੀ ਇੰਨਾ ਕੁ ਸੋਹਣਾ ਕਿ ਕਿਸੇ ਮਹਿਲ ਦੇ ਨਾਲੋਂ ਘੱਟ ਨਹੀਂ ਸਾਰੇ ਪਾਸੇ ਹੀ ਸ਼ਿਵਗਿਰ ਸ਼ੰਕਰੀਆ ਮਹਾਰਾਜ ਜੀ ਦੀਆਂ ਜਿਹੜੀਆਂ ਮੂਰਤੀਆਂ ਨੇਗੀਆਂ ਹੈ ਨਾ ਉਹ ਘੇਰੀਆਂ ਗਈਆਂ ਨੇਗੀਆਂ ਤੁਸੀਂ ਦੇਖ ਰਹੇ ਹੋਗੇ ਕਿ ਉਹਨਾਂ ਦੀਆਂ ਤਸਵੀਰਾਂ ਨੇ ਸਾਰੇ ਪਾਸੇ ਅਤੇ ਸਾਰੇ ਕਿਤੇ ਗੁਰਬਾਣੀ ਦਾ ਵੀ ਪ੍ਰਚਾਰ ਕੀਤਾ ਗਿਆ ਗਾ ਹੈ ਨਾ
ਗੁਰਬਾਣੀ ਵੀ ਲਿਖੀ ਗਈ ਹੈਗੀ ਅਤੇ ਇੱਕ ਸਾਈਡ 'ਤੇ ਆਪਾਂ ਇਹ ਵੀ ਕਹਿ ਰਹੇ ਹਾਂ ਕਿ ਸ਼ਿਵਜੀ ਭਗਵਾਨ ਜੀ ਨੂੰ ਵੀ ਪੂਜਦੇ ਸੀਗੇ ਅਤੇ ਉੱਦਾਂ ਦੀਆਂ ਵੀ ਕੁਛ ਤੁਕਾਂ ਜਿਹੜੀਆਂ ਲਿਖੀਆਂ ਗਈਆਂ ਨੇਗੀਆਂ ਹੈ ਨਾ। ਅਤੇ ਇੱਕ ਦੂਸਰੀ ਗੱਲ ਇਹ ਕਿ ਖੇਤਾਂ ਦੇ ਵਿੱਚ ਆ ਜਿਹੜਾ ਇਹ ਦਰਬਾਰ ਬਣਿਆ ਗਿਆ ਹੈਗਾ ਨਾ, ਆਲੇ ਦੁਆਲੇ ਖੇਤ ਹੀ ਖੇਤ ਦਿਖਾਈ ਦਿੰਦੇ ਨੇਗੇ, ਮਤਲਬ ਆਲੇ ਦੁਆਲੇ ਖੇਤ ਨੇਗੇ ਅਤੇ ਵਿਚਕਾਰ ਸ਼ਮਸ਼ਾਨ ਘਾਟ। ਅਤੇ ਉੱਥੇ ਮੋਸਟਲੀ ਆਪਣੇ ਪਿੰਡਾਂ ਦੇ ਵਿੱਚ ਵੀ ਇੱਦਾਂ ਹੀ ਹੁੰਦਾ ਕਿ ਸ਼ਮਸ਼ਾਨ ਘਾਟ ਜਾਂ ਮੁਰਦ ਘਾਟ ਹੋ ਗਿਆ ਜਾਂ ਮੜੀਆਂ ਹੋ ਗਈਆਂ ਹੈ ਨਾ, ਕਹਿ ਸਕਦੇ ਹਾਂ ਕਿ ਇਹ ਬਹੁਤ ਪਿੰਡ ਤੋਂ ਦੂਰ ਦੇ ਇਲਾਕੇ 'ਤੇ ਜਿਹੜੀਆਂ ਹੁੰਦੀਆਂ ਨੇਗੀਆਂ ਹੈ ਨਾ। ਅਤੇ ਪਹਿਲਾਂ ਤਾਂ ਤੁਸੀਂ ਅੰਦਰੋਂ ਦਰਸ਼ਨ ਕਰ ਲਓ ਦਰਬਾਰ ਦੇ, ਠੀਕ ਹੈ ਜੀ, ਨਤਮਸਤਕ ਹੋ ਜਾਓ। ਮੈਂ ਥੋੜ੍ਹਾ ਵਿੱਚ ਦੀ ਗੈਪ ਦਊਂਗੀ ਅਤੇ ਫਿਰ ਆਪਾਂ ਆਪਣੀ ਜਿਹੜੀ ਗੱਲ ਆ ਗਈ ਉਹਨੂੰ ਉਸੇ ਤਰੀਕੇ ਨਾਲ ਜਾਰੀ ਕਰਾਂਗੇ। ਅਤੇ ਇਹ ਜਿਹੜਾ ਸੀਗਾ ਅੰਦਰ ਦਾ ਸੀਨ ਸੀਗਾ ਅਤੇ ਹੁਣ ਬਾਹਰ ਮੈਂ ਤੁਹਾਨੂੰ ਦਿਖਾ ਦਿਆਂ ਕਿ ਇੱਥੇ ਨਿਸ਼ਾਨ ਸਾਹਿਬ ਵੀ ਦਿੱਤਾ ਗਿਆ ਹੈਗਾ ਹੈ ਨਾ। ਅਤੇ ਫਿਰ ਇਸ ਤੋਂ ਇਲਾਵਾ ਜਿਹੜੇ ਸਾਰੇ ਪਾਸੇ ਗ੍ਰੀਨਰੀ ਤਾਂ ਬਾਕੀ ਤਾਂ ਹੈਗੀ ਓ ਹੈਗੀ ਆ, ਜਿੰਨਾ ਪੇਂਟ ਹੈਗਾ ਉਹ ਸਾਰਾ ਗ੍ਰੀਨ ਕਲਰ ਦਾ ਕੀਤਾ ਗਿਆ ਹੈਗਾ ਹੈ ਨਾ। ਮੈਨੂੰ ਮਤਲਬ ਇੱਥੇ ਆ ਕੇ ਲੱਗਿਆ ਕਿ ਹਾਂ ਵਾਕਈ ਉਹ ਆਪਣੀ ਸਹੀ ਜਗ੍ਹਾ 'ਤੇ ਬੈਠੇ ਸੀ ਜਿੱਥੇ ਕਿ ਆ ਕੇ ਦੁਨੀਆ ਦਾ ਅੰਤ ਹੋ ਜਾਂਦਾ ਹੈ ਨਾ, ਜਿੱਥੇ ਦੁਨੀਆ ਦੇ ਸਾਰੇ ਕਹਿੰਦੇ ਕਿ ਇਹਦੇ ਵਿੱਚੋਂ ਵਿਕਾਰਾਂ ਦੇ ਵਿੱਚੋਂ ਨਿਕਲ ਜਾਂਦਾ ਹੈਗਾ ਇੱਕ ਬੰਦਾ ਕੋਈ ਵੀ ਆ, ਉਹ ਸੰਸਾਰਿਕ ਯਾਤਰਾ ਪੂਰੀ ਕਰਕੇ ਆਪਾਂ ਕਹਿੰਦੇ ਹਾਂ ਕਿ ਕਾਮ ਕ੍ਰੋਧ ਮੋਹ ਲੋਭ ਉਹ ਸਾਰੀਆਂ ਚੀਜ਼ਾਂ 'ਚੋਂ ਨਿਕਲ ਕੇ ਮੜੀਆਂ 'ਚ ਆਉਂਦਾ ਅਸਲ ਦੇ ਵਿੱਚ ਬੰਦਾ ਹੈ ਨਾ। ਅਤੇ ਮੇਰੇ ਖਿਆਲ 'ਚ ਇਹ ਸਭ ਤੋਂ ਵਧੀਆ ਜਗ੍ਹਾ ਉਹਨਾਂ ਨੇ ਜਿਹੜੀ ਚੂਜ਼ ਕੀਤੀ ਸੀਗੀ, ਚੁਣੀ ਸੀਗੀ, ਕਿਉਂਕਿ ਇੱਥੇ ਹੀ ਆ ਕੇ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਨਾਸ਼ ਹੋ ਜਾਂਦੀਆਂ ਨੇਗੀਆਂ ਅਤੇ ਉਹਨਾਂ ਨੇ ਇੱਥੇ ਡੇਰੇ ਲਾਏ। ਅਤੇ ਇੱਥੇ ਜਦੋਂ ਸਾਲ ਬਾਅਦ 'ਚ ਭੰਡਾਰਾ ਹੁੰਦਾ ਕਿ ਬਹੁਤ ਹੀ ਜ਼ਿਆਦਾ ਰੌਣਕਾਂ ਹੁੰਦੀਆਂ ਨੇ, ਉਸ ਟਾਈਮ ਵੀ ਜਿਸ ਟਾਈਮ ਅਸੀਂ ਗਏ ਨਾ ਉਸ ਟਾਈਮ ਉੱਥੇ ਭੰਡਾਰਾ ਵੀ ਸੀਗਾ ਹੈ ਨਾ, ਲੰਗਰ ਚੱਲ ਰਿਹਾ ਸੀਗਾ, ਲੰਗਰ ਚੱਲਦਾ ਗਾ, ਉਹ ਤਾਂ ਵੈਸੇ ਰੋਜ਼ ਦੀ ਰੋਜ਼ ਹੁੰਦਾ ਹੀ ਹੈਗਾ ਜੋ ਵੀ ਹੁੰਦਾ ਹੈ ਨਾ। ਅਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਸ਼ਿਵਜੀ ਭਗਵਾਨ ਅਤੇ ਬਾਬਾ ਬਾਲਕ ਨਾਥ ਜੀ ਦੀ ਜਿਹੜੀ ਮੂਰਤੀ ਹੈਗੀ ਅਤੇ ਸ਼ਿਵਲਿੰਗ ਵੀ ਉੱਧਰਲੀ ਸਾਈਡ ਉਕੇਰੀ ਗਈ ਆ, ਬਣਾਈ ਗਈ ਆ ਹੈ ਨਾ। ਅਤੇ ਆਹ ਜਿਹੜਾ ਇਹ ਸਾਰਾ ਮੁਰਦ ਘਾਟ ਸ਼ਮਸ਼ਾਨ ਘਾਟ ਦਾ ਜਿਹੜਾ ਸ਼ੈੱਡ ਹੈਗਾ, ਹੁਣ ਤਾਂ ਇਸ ਸਾਈਡ ਤੋਂ ਪੁਰਾਣੀ ਸਾਈਡ ਲੈ ਗਏ ਪਰ ਇੱਥੇ ਅਜੇ ਵੀ ਮਤਲਬ ਉਹੀ ਚੀਜ਼ਾਂ ਹੈਗੀਆਂ ਨੇਗੀਆਂ। ਬੈਕ ਸਾਈਡ ਵੀ ਮੈਂ ਤੁਹਾਨੂੰ ਦਿਖਾਊਂਗੀ ਸਾਰੀ ਹੈ ਨਾ, ਉਹ ਦੇਖੋ ਉੱਧਰਲੀ ਸਾਈਡ ਲਿਖਿਆ ਨਾ ਮ੍ਰਿਤਕ ਦੇ ਸਾਂਭ ਘਰ, ਉਹ ਉੱਧਰਲੀ ਸਾਈਡ ਆ ਗਿਆ ਹੈ ਨਾ। ਇੱਥੇ ਜਿਹੜਾ ਭੰਡਾਰਾ ਹੁੰਦਾ ਗਾ ਜਦੋਂ ਸਾਲ ਦੇ ਵਿੱਚ ਇੱਥੇ ਕਵਾਲੀਏ ਲੱਗਦੇ ਨੇ ਹੈ ਨਾ, ਅਤੇ ਇੱਥੇ ਕਵਾਲੀਆਂ ਹੁੰਦੀਆਂ ਨੇਗੀਆਂ ਆਹ ਜਗ੍ਹਾ ਦੇ ਵਿੱਚ ਜਿੱਥੇ ਇਸ ਟਾਈਮ ਮਤਲਬ ਗੱਡੀਆਂ ਵਗੈਰਾ ਮਤਲਬ ਆਪ ਖੜਾਈਆਂ ਗਈਆਂ ਨੇ ਹੈ ਨਾ। ਅਤੇ ਹੁਣ ਆਪਾਂ ਬਾਹਰ ਨੂੰ ਜਾਵਾਂਗੇ, ਬਾਹਰ ਦਾ ਵਿਊ ਦੇਖਾਂਗੇ। ਬਈ ਸੀਰੀਅਸਲੀ ਮੈਨੂੰ ਇੱਥੇ ਆ ਕੇ ਬੜਾ ਹੀ ਸਕੂਨ ਜਿਹਾ ਮਿਲਿਆ ਹੈ ਨਾ, ਬੜੀ ਵਧੀਆ ਲੱਗੀ ਮੈਨੂੰ। ਇਹ ਸੀ ਕਿ ਜਦੋਂ ਬਾਪੂ ਲਾਲ ਬਾਦਸ਼ਾਹ ਮਸਤ ਫਕੀਰ ਜਿਹੜੇ ਹੋਏ ਨੇਗੇ ਆਪਾਂ ਉਹਨਾਂ ਦੇ ਉੱਥੇ ਗਿਆਨ ਦਰਬਾਰ 'ਤੇ, ਅਤੇ ਜਿਹਨਾਂ ਜਿਨ੍ਹਾਂ ਦੀ ਉਹਨਾਂ ਨੇ ਨਾਲ ਬੈਠਕ ਕੀਤੀ ਹੈਗੀ ਉੱਥੇ ਜਾਣ ਦਾ ਵੀ ਸਾਡਾ ਇੱਕ ਜ਼ਿੰਮਾ ਜਿਹਾ ਹੋ ਗਿਆ ਹੈ ਨਾ, ਕਿ ਆਪਾਂ ਉਹਨਾਂ ਫਕੀਰਾਂ ਨੂੰ ਵੀ ਜਾਣੀ ਜਿਨ੍ਹਾਂ ਦੇ ਨਾਲ ਉਹਨਾਂ ਨੇ ਸੰਗਤ ਕੀਤੀ, ਜਿਨ੍ਹਾਂ ਦੇ ਨਾਲ ਉਹ ਬੈਠੇ ਨੇਗੇ ਹੈ ਨਾ। ਅਤੇ ਇੱਥੇ ਨਿੰਮੋ ਭਗਵਾਨ ਜੀ ਦੀ ਜਿਹੜੀ ਨਿੰਮੋ ਭਗਵਾਨ ਜੀ ਨੇ ਜਿਹੜੇ ਜੁੰਮੇ ਸ਼ਾਹ ਜੀ ਸੀਗੇ ਉਹਨਾਂ ਦੀ ਤੁਸੀਂ ਦੇਖ ਰਹੇ ਹੋਗੇ ਕਿ ਇੱਥੇ ਵੀ ਦਿਖ ਬਣਾਈ ਗਈ ਆ। ਅਤੇ ਇੱਥੇ ਇਹ ਪਤਾ ਨਹੀਂ ਮੈਨੂੰ ਵੀ ਕਦਕ ਤੋਂ ਹੋਊ ਕਿ ਇੱਥੇ ਦੋ ਸ਼ੇਸ਼ ਨਾਗ ਵੀ ਦਿਖਾਏ ਗਏ ਨੇਗੇ, ਇਹ ਪਤਾ ਨਹੀਂ ਕਿਸ ਟਾਈਮ ਤੋਂ ਹੋ, ਇਹ ਨਹੀਂ ਪਤਾ ਹੈਗਾ ਮੈਨੂੰ। ਅਤੇ ਇਹ ਵੀ ਪੁਰਾਣੀ ਉਹ ਲੱਗਦੀ ਆ ਕਾਫੀ ਜ਼ਿਆਦਾ, ਅਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਇੱਥੇ ਹੈ ਨਾ ਵਿਜ਼ਿਟ ਕਰਕੇ। ਅਗਰ ਤੁਸੀਂ ਨਕੋਦਰ ਆਓ ਤਾਂ ਜ਼ਰੂਰ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰਕੇ ਜਾਇਓ ਹੈ ਨਾ। ਦੇਖਣ ਵਾਲੀ ਥਾਂ ਹੈਗੀ ਬਣੀ ਹੋਈ ਕਿ ਦਰਬਾਰ ਬਹੁਤ ਸੋਹਣਾ ਬਣਿਆ ਹੋਇਆ ਹੈਗਾ। ਅਤੇ ਹੁਣ ਆਪਾਂ ਚੱਲਾਂਗੇ ਘਰਾਂ ਨੂੰ, ਠੀਕ ਹੈ ਜੀ, ਅਤੇ ਰਵਾਨਾ ਹੁੰਦੇ ਹਾਂ। ਅਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਜਿਹੜਾ ਦਰਬਾਰ ਹੈਗਾ ਅਤੇ ਕਿਸ ਤਰ੍ਹਾਂ ਦੀ ਇਹਦੀ ਹਿਸਟਰੀ ਲੱਗੀ। ਹਾਂ ਚਕਾਚੌਂ ਜੇ ਤਾਂ ਹੁੰਦੇ ਹੈਗੇ ਹੈ ਨਾ, ਲੱਕੜਾਂ ਤੁਸੀਂ ਦੇਖ ਲਓ ਪਈਆਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਹੈ ਨਾ। ਅਤੇ ਵਿੱਕੀ ਸਾਈਂ ਜੀ ਦੇ ਦਰਬਾਰ 'ਚ ਵੀ ਬੜੀਆਂ ਸੀ ਪਰ ਉੱਥੇ ਹੁਣ ਇਹ ਚੀਜ਼ ਖਤਮ ਹੋ ਗਈ ਆ, ਅਤੇ ਇੱਥੇ ਹਜੇ ਵੀ ਮਤਲਬ ਸ਼ਮਸ਼ਾਨ ਘਾਟ ਉਸੇ ਤਰੀਕੇ ਨਾਲ ਹੈਗਾ। ਬਾਕੀ ਵਲੌਗ ਦੱਸਿਓ ਕਿਵੇਂ ਦਾ ਲੱਗਿਆ, ਠੀਕ ਹੈ ਜੀ। ਅਤੇ ਹਾਂਜੀ, ਇਹ ਸੀਗਾ ਸਿੱਖੀ ਮਹਾਰਾਜ ਜੀ ਦਾ ਜਿਹੜਾ ਦਰਬਾਰ ਬਣਿਆ ਹੋਇਆ ਸੀ ਡੇਰਾ। ਬਾਕੀ ਉਹ ਕਿਉਂਕਿ ਉਹ ਦਿਮਾਗ 'ਚੋਂ ਸਕਿੱਪ ਹੋ ਜਾਂਦੇ ਨੇ ਕਈ ਵਾਰੀ ਗੱਲਾਂ ਵੀ, ਹਾਂ ਆਪਾਂ ਕਿਸ ਗੁਰੂ ਬਾਰੇ ਜਾਂ ਕਿਸ ਮਸਤ ਬਾਰੇ ਆਪਾਂ ਕੀ ਗੱਲ ਕੀਤੀ ਸੀਗੀ ਹੈ ਨਾ। ਇਹਨਾਂ ਨੂੰ ਯਾਦ ਨਹੀਂ ਸੀਗਾ ਕਿ ਉਹ ਕਬਰਾਂ 'ਚ ਬੈਠੇ ਸੀਗੇ। ਜਦੋਂ ਅਸੀਂ ਐਂਟਰ ਹੋਏ ਤਾਂ ਉੱਥੇ ਲਿਖਿਆ ਸੀ ਦੇ ਸਾਂਭ, ਕੀ ਸੀਗਾ, ਸਾਂਭ ਘਰ, ਦੇ ਸਾਂਭ ਘਰ ਹੈ ਨਾ। ਅਤੇ ਡਰ ਗਏ ਇੱਕਦਮ, ਕਹਿੰਦੇ ਵੀ ਆਪਾਂ ਗਲਤ ਜਗ੍ਹਾ 'ਤੇ ਆ ਗਏ। ਫਿਰ ਇਹ ਕਹਿੰਦੇ ਓਹੋ, ਕਹਿੰਦੇ ਤਾਂ ਸੱਚ ਉਹਨਾਂ ਦਾ ਦਰਬਾਰ ਆ, ਠੀਕ ਆ, ਕਿਉਂਕਿ ਉਹ ਮੜੀਆਂ 'ਚ ਬੈਠੇ ਸੀਗੇ, ਕਬਰਾਂ 'ਚ ਬੈਠੇ ਸੀਗੇ, ਠੀਕ ਹੈ ਜੀ। ਅਤੇ ਇਸ ਕਰਕੇ ਇੱਥੇ ਦਾ ਦਰਬਾਰ ਹੈਗਾ ਜਿਹੜਾ, ਉਹ ਤੁਹਾਨੂੰ ਮੈਂ ਪਹਿਲਾਂ ਹੀ ਦਿਖਾਇਆ ਹੈਗਾ ਕਿ ਮੜੀਆਂ 'ਚ ਬਣਿਆ ਹੋਇਆ, ਉਹਦੇ 'ਚ ਕਬਰਾਂ 'ਚ ਬਣਿਆ ਹੋਇਆ। ਤੋ ਕਿਸ ਤਰ੍ਹਾਂ ਦਾ ਲੱਗਿਆ ਵਲੌਗ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਲਾਈਕ ਦਾ ਬਟਨ ਦਬਾ ਦਿਓ, ਅਤੇ ਕਿੱਦਾਂ ਦਾ ਲੱਗਿਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪਾ ਦਿਓ, ਠੀਕ ਹੈ ਜੀ। ਰਿਵਿਊ ਹੋ ਜਾਂਦਾ ਗਾ ਕਿਉਂਕਿ ਤੁਹਾਨੂੰ ਹੀ ਦੱਸਣਾ ਹੁੰਦਾ ਕਿ ਕਿਸ ਤਰ੍ਹਾਂ ਦਾ ਵਲੌਗ ਰਿਹਾ, ਠੀਕ ਹੈ ਜੀ। ਅਤੇ ਮਿਲਦੇ ਫਿਰ ਨੈਕਸਟ ਵਲੌਗ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਥੈਂਕ ਯੂ।